ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬ ਚ ਇੱਥੇ ਗੰਦਾ ਬਾਣੀ ਪੀਣ ਨਾਲ ਹੋਈਆਂ ਮੋਤਾ ਇਲਾਕੇ ਚ ਪਿਆ ਮਾਤਮ ਤਾਜ਼ਾ ਵੱਡੀ ਖਬਰ ਗੱਵਰਨ ਸ਼ੁਰੂ ਕਰੰਦ ਪਾਲਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵਰਤ ਤੋਂ ਵਾਲ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਲਿੰਕ ਡਿਸਕ੍ਰਿਪਸ਼ਨ ਚ ਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹਾਂ ਪ੍ਰਾਪਰ ਜਾਣਕਾਰੀ ਸਾਰੇ ਇਹ ਘਟਨਾ ਫਗਵਾੜਾ ਦੀ ਕੁਝ ਇਲਾਕਿਆਂ ਤੋਂ ਸਾਹਮਣੇ ਜਿੱਥੇ ਦੂਸ਼ਿਤ ਪਾਣੀ ਦੇ ਕਾਰ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪ ਜਿੱਥੇ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਕਰ ਲੋਕਾਂ ਦੇ ਵਿੱਚ ਇਸ ਦੀ ਜਪੇੜ ਚ ਆਈਆਂ ਤੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਨਾਲ ਲੋਕਾਂ ਵਿੱਚ ਡਰ ਦੇਖਿਆ ਜਾ ਰਿਹਾ ਫਗਵਾੜਾ ਵਿੱਚ ਆਉਣ ਵਾਲੀ ਸ਼ਿਵਪੂਰੀ ਪਿਪਾਰੰਗੀ ਸ਼ਾਮਨਗਰ ਵਰਗੇ ਮੁਹੱਲਿਆਂ ਵਿੱਚ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਲੋਕਾਂ ਵਿੱਚ ਪੇਟ ਦੀ ਬਿਮਾਰੀ ਦੇ ਫੈਲਣ ਦੇ ਕਾਰਨ ਬਹੁਤ ਸਾਰੇ ਲੋਕ ਬਿਮਾਰ ਹੋ ਗਏ ਨੇ ਜਿੱਥੇ ਇਨਾ ਖੇਤਰਾ ਵਿੱਚ 9 ਲੋਕਾਂ ਦੀ ਮੌਤ ਹੋ ਗਈ ਜਿਸ ਕਾਰਨ ਪ੍ਰਸ਼ਾਸਨ ਵੱਲ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ ਉਥੇ ਇਸ ਇੱਕ ਤੋਂ ਬਾਅਦ ਬਸਪਾ ਦੇ ਸ਼੍ਰੋਮਣੀ ਕਾਲੀ ਦਲ ਦੇ ਕੁਝ ਹਲਕਿਆਂ ਇੰਚਾਰਜ ਦੇ ਵੱਲੋਂ ਇਸ ਖੇਤਰ ਦਾ ਦੌਰਾ ਕੀਤਾ ਗਿਆ ਫਗਵਾੜਾ ਖੇਤਰ ਵਿੱਚ ਫੈਲੇ ਇਸ ਪਾਣੀ ਦੀ ਮਾਰ ਕਾਰਨ ਭਿਆਨਕ ਬਿਮਾਰੀਆਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉਸ ਦੇ ਪ੍ਰਸ਼ਾਸਨ ਨੂੰ ਅਜੇ ਤੱਕ ਇਸ ਦੂਸ਼ਿਤ ਪਾਣੀ ਸਪਲਾਈ ਨੂੰ ਨਹੀਂ ਰੋਕਿਆ ਗਿਆ ਤੇ ਨਾ ਹੀ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਕੋਈ ਸਹੂਲਤ ਦਿੱਤੀ ਗਈ ਉਥੇ ਸ਼੍ਰੋਮਣੀ ਕਾਲੀ ਦਲ ਤੇ ਪਾਸਪਾ ਦੇ ਆਗੂਆਂ ਵੱਲੋਂ ਆਖਿਆ ਗਿਆ ਹੈ ਕਿ ਇਨ੍ਹਾਂ ਖੇਤਰਾਂ ਦੇ ਪਾਣੀ ਦੇ ਸੈਂਪਲ ਲਏ ਜਾਣੇ ਚਾਹੀਦੇ ਨੇ ਤਾਂ ਜੋ લોકોનું દ્રપેશ આણવાળી સમસ્યાઓનું રોક્યા જાે